2 ਮਾਰਚ ਦਿਨ ਐਤਵਾਰ ਜਿਵੇਂ ਹੀ ਸ਼ਾਮ ਦੇ 5 ਵਜੇ ਲੋਕਾਂ ਦੀਆਂ ਬਾਲਕੋਨੀਆਂ ਵਿੱਚ ਥਾਲੀਆਂ ਤੇ ਟਲੀਆਂ ਲੈ ਕੇ ਆ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਵੱਡੇ ਸੁਨੇਹੇ ਤਹਿਤ ਪੂਰਾ ਦਿਨ ਜਨਤਾ ਕਰਫਿਊ ਅਤੇ ਫਿਰ ਸ਼ਾਮ ਨੂੰ ਥਾਲੀਆਂ ਕੁੱਟ ਕੇ ਲੋਕਾਂ ਨੇ ਕੋਰੋਨਾ ਵਾਇਰਸ ਖਿਲਾਫ ਲੜਾਈ ਲੜ ਰਹੇ ਡਾਕਟਰਾਂ ਸਮੇਤ ਹਰ ਸ਼ਖਸ ਪ੍ਰਤੀ ਆਪਣਾ ਅਭਾਰ ਜਤਾਇਆ ਪਰ ਹైదరాబాద్ ਦੀ ਇਸ ਡਾਕਟਰ ਨੂੰ ਥਾਲੀਆਂ ਕੁੱਟਣ ਅਤੇ ਤਾੜੀਆਂ ਮਾਰਨ ਵਾਲੇ ਫਾਰਮੂਲੇ ਉੱਪਰ ਸਖਤ ਇਤਰਾਜ਼ ਹੈ ਆਪਣੀ ਫੇਸਬੁੱਕ ਪੋਸਟ ਜ਼ਰੀਏ ਹైదరాబాద్ ਵਿਤਨਾਲ ਡਾਕਟਰ ਮਨੀਸ਼ਾ ਬਾਂਗਰ ਨੇ ਇਸ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਬੀਜੇਪੀ ਦਾ ਘੰਟਾ ਲੋਜੀ ਗਿਆਨ ਦੱਸਦਿਆਂ ਭਾਰਤੀ ਨੂੰ ਅਪੀਲ ਕੀਤੀ ਕਿ ਕਿਰਪਾ ਕਰਕੇ ਮੇਰੇ ਲਈ ਤੁਸੀਂ ਇਸ ਤਰ੍ਹਾਂ ਤਾੜੀਆਂ ਨਾ ਵਜਾਓ ਮੈਂ ਇੱਕ ਡਾਕਟਰ ਹਾਂ ਇਹ ਮੇਰਾ ਪੇਸ਼ਾ ਹੈ ਅਤੇ ਮੈਨੂੰ ਇਹ ਪਸੰਦ ਨਹੀਂ ਕਿ ਇਸ ਤਰ੍ਹਾਂ ਤਾੜੀਆਂ ਮਾਰੀਆਂ ਜਾਣ ਹੁਣ ਦਾ ਕਹਿਣਾ ਹੈ ਕਿ ਪਿਛਲੇ ਦੋ ਦਹਾਕਿਆਂ ਤੋਂ ਵੱਖ-ਵੱਖ ਤਰ੍ਹਾਂ ਦੇ ਇਨਫੈਕਸ਼ਨ ਪ੍ਰਭਾਵਿਤ ਮਰੀਜ਼ ਕਿਸੇ ਸ਼ਿੱਦਤ ਨਾਲ ਉਹ ਵੇਖ ਰਹੇ ਨੇ ਇਹ ਮੇਰੇ ਲਈ ਕੋਈ ਨਵਾਂ ਨਹੀਂ ਹੈ ਅੱਧ ਮੈਂ ਤੁਹਾਨੂੰ ਇਹ ਰਾਏ ਦੇਵਾਂਗੀ ਕਿ ਤਾੜੀਆਂ ਵਜਾਉਣ ਦੀ ਥਾਂ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਤੁਸੀਂ ਕੇਂਦਰ ਦੀ ਮੋਦੀ ਸਰਕਾਰ ਅਤੇ ਬੀਜੇਪੀ ਉੱਪਰ ਦਬਾਅ ਬਣਾਓ ਤਾਂ ਕਿ ਉਹ ਇਨ੍ਹਾਂ ਹਾਲਾਤਾਂ ਨਾਲ ਨਜਿੱਠਣ ਲਈ ਹੋਰ ਕਾਰਗਰ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਹੋਰ ਨੁਕਸਾਨ ਲਈ ਸਰਕਾਰ ਕੋਈ ਫੰਡ ਅਲਾਟ ਕਰੇ ਇਸੇ ਆਫਤ ਨਾਲ ਨਜਿੱਠਣ ਲਈ ਹੋਰ ਮੁਸਤੈਦੀ ਨਾਲ ਕੰਮ ਕਰੇ ਸਰਦਾਰ ਪਟੇਲ ਦੇ ਪੁੱਤਲਿਆਂ ਉੱਪਰ ਕਰੋੜਾਂ ਅਰਬਾਂ ਖਰਚਣ ਵਾਲੀ ਸਰਕਾਰ ਸਿਹਤ ਸੇਵਾਵਾਂ ਉੱਪਰ ਕਰੋੜਾਂ ਹੀ ਖਰਚ ਦਿੰਦੀ ਤਾਂ ਹਾਲਾਤ ਹੋਰ ਹੁੰਦੇ ਜਾਂ ਫਿਰ ਤੁਸੀਂ ਮੋਦੀ ਦੀ ਯਾਰ ਜੁੰਡਲੀ ਕਾਰਪੋਰੇਟ ਕਰਾਣਿਆਂ ਅਤੇ ਸਰਦਕਾਰਾਂ ਕੋਲ ਹੁਣ ਪੈਸੇ ਜਰੀਏ ਮੁਲਕ ਵਿੱਚ ਬਣੀ ਇਸ ਵਿਪਤਾ ਦੀ ਘੜੀ ਵਿੱਚ ਮਦਦ ਦੀ ਗੁਹਾਰ ਲਾਓ ਜਿਨ੍ਹਾਂ ਦੇ ਕਰੋੜਾਂ ਅਰਬਾਂ ਦੇ ਪਾਸੇ ਕਰਜ਼ੇ ਉੱਪਰ ਤੁਹਾਡੇ ਪੈਸਿਆਂ ਨਾਲ ਹੀ ਲਕੀਰ ਮਾਰੀ ਗਈ ਹੁਣ ਵੇਲਾ ਉਹਨਾਂ ਤੋਂ ਵਾਪਸੀ ਦਾ ਹੈ ਮੇਰੇ ਲਈ ਤਾੜੀਆਂ ਮਾਰ ਕੇ ਤੁਸੀਂ ਆਪਣਾ ਵਕਤ ਜਾਇਆ ਨਾ ਕਰੋ ਜੇ ਸੱਚੀ ਹੀ ਤੁਸੀਂ ਸਾਡੇ ਵਰਗਿਆਂ ਨਾਲ ਆਪਣੀ ਹਮਦਰਦੀ ਜਤਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੀਆਂ ਇਹਨਾਂ ਗੱਲਾਂ ਉੱਪਰ ਗੌਰ ਫਰਮਾਓ ਡਾਕਟਰ ਮਨੀਸ਼ਾ ਬਾਂਗਰ ਹైదరాబాద్ ਦੇ ਨਾਮੀ ਹਸਪਤਾਲ ਵਿੱਚ ਸੀਨੀਅਰ ਕੰਸਲਟੈਂਟ ਹਨ ਅਤੇ ਉਹਨਾਂ ਵੱਲੋਂ ਪਾਈਸ ਪੋਸਟ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸ ਦੇ ਸਨੇਹ ਦੀਆਂ ਵੱਖੀਆਂ ਦੇੜੀਆਂ ਹਨ ਜਿਸ ذریعے মিডিਆ ਪਰਧਾਨ ਮੰਤਰੀ ਦਾ ਕਰੋਨਾ ਖਿਲਾਫ ਜੰਗ ਲਈ ਪੂਰਾ ਐਤਵਾਰ ਕੁੱਡਾ ਬੰਦਾ ਰਿਹਾ ਤੇ ਗਲੋਬ ਐਡਵਾਈਸ ਓਵਰਸੇਡ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਏ ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ ਅਸੀਂ ਤੇ ਬੱਚਾ ਦੇ ਵੀਜ਼ਾ ਐਲਓਆਰਸ ਐਸਓਪੀਸ ਹੈਲਪ ਕਰਨੇ ਆ ਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ 에ਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਆ